मेरा नाम पवनप्रीत नोआ है। तो मेरा हरियाणा जुडिशरी ਦੇ ਵਿੱਚ 34th रैंक आया। ਪਹਿਲੀ ਪਹਿਲੀ ਵਾਰ ਐਗਜ਼ਾਮ ਦਿੱਤੇ ਤੁਸੀਂ ਇਹਦਾ? ਨਹੀਂ ਨਹੀਂ ਜੀ, ਮੈਂ ਦੂਜੀ ਵਾਰ ਐਗਜ਼ਾਮ ਦਿੱਤਾ ਸੀ। ਫਸਟ ਟਾਈਮ ਮੈਂ ਮੀਨਸ ਤੱਕ ਗਈ ਸੀ, ਬਟ ਮੇਰਾ ਮੀਨਸ ਕਲੀਅਰ ਨਹੀਂ ਸੀ ਹੋਇਆ। ਇਸ ਟਾਈਮ ਮੇਰਾ ਇੰਟਰਵਿਊ ਵੀ ਕਲੀਅਰ ਹੋ ਗਿਆ। ਕਿਦਾਂ ਫੀਲ ਕਰਦੇ ਹੋ ਅੱਜ? ਨਹੀਂ, ਆਈ ਐਮ ਫੀਲਿੰਗ ਵੈਰੀ ਬਲੈਸਡ ਰਾਈਟ ਨਾਓ। ਮੈਂ ਬਹੁਤ ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਮੇਰਾ ਪੇਪਰ ਕਲੀਅਰ ਹੋਇਆ। ਮੈਂ ਆਪਣੇ ਪੇਰੈਂਟਸ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੇ ਮੈਂ ਬਹੁਤ ਬਲੈਸਡ ਫੀਲ ਕਰ ਰਹੀ ਹਾਂ। ਜੱਜ ਬਣਨ ਦਾ ਸੁਪਨਾ ਕਦੋਂ ਸੁਝਵਾਇਆ ਤੁਸੀਂ? ਸਰ, ਮੇਰਾ ਆਫਿਸਰ ਬਣਨ ਦਾ ਸੁਪਨਾ ਬਚਪਨ ਤੋਂ ਹੀ ਸੀ। ਮੇਰੇ ਮਾਂ ਬਾਪ ਨੇ ਮੈਨੂੰ ਜਿਵੇਂ ਦਿਸ਼ਾ ਦਿੱਤੀ ਸੀ, ਤਾਂ ਮੇਰਾ ਚਾਈਲਡਹੁੱਡ ਡ੍ਰੀਮ ਸੀ ਕਿ ਮੈਂ ਆਫਿਸਰ ਬਣਾ। ਬਟ ਇਵੈਂਚੁਅਲੀ ਜਦ ਮੈਂ ਆਪਣੀ ਪਲੱਸ ਵਨ ਪਲੱਸ ਟੂ ਕਰ ਰਹੀ ਸੀ, ਉਦੋਂ ਮੈਨੂੰ ਲਾਅ ਦੇ ਫੀਲਡ ਬਾਰੇ ਪਤਾ ਲੱਗਿਆ ਆਪਣੇ ਸਕੂਲ 'ਚੋਂ, ਯਾਦਵਿੰਦਰ ਪਬਲਿਕ ਸਕੂਲ 'ਚੋਂ। ਅਤੇ ਸਰ, ਮੈਂ ਜਦੋਂ ਲਾਅ ਜੁਆਇਨ ਕੀਤਾ, ਉਸ ਟਾਈਮ ਮੈਨੂੰ ਪਤਾ ਲੱਗਿਆ ਕਿ ਜੁਡੀਸ਼ੀਅਲ ਆਫਿਸਰ ਦੀ ਪੋਸਟ ਬਾਰੇ, ਤਾਂ ਫਿਰ ਮੈਂ ਉਦੋਂ ਤੋਂ ਹੀ ਸੁਪਨਾ ਦੇਖ ਲਿਆ ਸੀ ਕਿ ਮੈਂ ਜੁਡੀਸ਼ੀਅਲ ਆਫਿਸਰ ਬਣਨਾ ਆਪਣੇ ਲਾਅ ਦੇ ਕੋਰਸ ਦੇ ਵਿੱਚ। ਇਹਦਾ ਕ੍ਰੈਡਿਟ ਕਿਹਨੂੰ ਦਿੰਦੇ ਹੋ? ਸਰ, ਮੈਂ ਇਸਦਾ ਕ੍ਰੈਡਿਟ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਨੂੰ ਹੀ ਦਿੰਦੀ ਹਾਂ, ਫਿਰ ਮੇਰੇ ਟੀਚਰਸ ਨੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ, ਦੈਨ ਮਾਈ ਪੇਰੈਂਟਸ ਐਂਡ ਮਾਈ ਬ੍ਰਦਰ ਜਿਨ੍ਹਾਂ ਨੇ ਮੇਰੀ ਹਮੇਸ਼ਾ ਸਪੋਰਟ ਕੀਤੀ, ਮੈਨੂੰ ਹਮੇਸ਼ਾ ਮੋਟੀਵੇਟ ਕੀਤਾ। ਮਤਲਬ ਕਿ ਮੈਂ ਪਹਿਲਾਂ ਵੀ ਐਗਜ਼ਾਮ ਦਿੱਤਾ ਸੀ ਬਟ ਮੇਰਾ ਨਹੀਂ ਹੋਇਆ ਕਲੀਅਰ, ਬਟ ਸਟਿਲ ਉਹਨਾਂ ਨੇ ਮੇਰੇ 'ਚ ਕੌਨਫੀਡੈਂਸ ਰੱਖਿਆ ਅਤੇ ਮੈਨੂੰ ਮੇਰੇ ਸੁਪਨੇ ਪੂਰੇ ਕਰਨ ਦੇ ਲਈ ਆਜ਼ਾਦੀ ਦਿੱਤੀ ਅਤੇ ਭਰੋਸਾ ਦਿਖਾਇਆ। ਤਾਂ ਉਸ ਉਹਨਾਂ ਦੇ ਭਰੋਸੇ ਦੇ ਸਦਕਾ ਹੀ ਮੈਂ ਇਹ ਕਲੀਅਰ ਕਰ ਚੁੱਕੀ।